ਹੁਣ ਅਸੀਂ ਸੰਗਤ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸੰਗਤ ਬਾਰੇ ਵੀ ਸਿੱਖ ਹਰ ਸਿੱਖ ਨੂੰ ਬੜਾ ਭੁਲੇਖਾ ਹੈ ਉਹ ਇਹ ਸਮਝਦੇ ਨੇ ਕਿ ਗੁਰਦੁਆਰੇ ਆ ਗਏ ਆ ਅਸੀਂ ਮੱਥਾ ਟੇਕਿਆ ਹੈ ਗੁਰਗ੍ਰੰਥ ਸਾਹਿਬ ਦੀ ਪ੍ਰਕਰਮਾ ਕੀਤੀ ਹੈ ਜਾਂ ਪ੍ਰਸ਼ਾਦ ਲੈ ਲਿਆ ਹੈ ਤੇ ਸਾਡਾ ਕੰਮ ਪੂਰਾ ਹੋ ਗਿਆ ਹੈ ਇਸ ਦਿਨ ਗੁਰੂ ਦੇ ਦਰਸ਼ਨ ਹੋ ਗਏ ਹਨ ਗੁਰੂ ਮਹਾਰਾਜ ਇਸ ਨੂੰ ਠੀਕ ਨਹੀਂ ਸਮਝਦੇ ਜੇ ਗੁਰੂ ਮਹਾਰਾਜ ਦੇ ਨਜ਼ਰੀਏ ਨਾਲ ਦੇਖੀਏ ਤੇ ਸਤਿਗੁਰੂ ਪਿਤਾ ਸਾਨੂੰ ਉਪਦੇਸ਼ ਕਰਦੇ ਹਨ ਅਸੀਂ ਰੋਜ਼ ਸੋਧਰ ਦੀ ਬਾਣੀ ਪੜ੍ਹਦੇ ਹਾਂ ਜਿਸ ਨੂੰ ਰਰਾਤ ਸਾਹਿਬ ਕਹਿੰਦੇ ਹਨ ਉਸ ਦੇ ਵਿੱਚ ਸਾਡੇ ਕੋਲ ਪੰਚਮ ਪਾਤਸ਼ਾਹ ਦਾ ਸ਼ਬਦ ਆਂਦਾ ਹੈ ਮੇਰੇ ਮਨ ਹੋ ਦੀ ਸਤ ਸੰਗਤ ਮਿਲੇ ਸੁੱਤਰਿਆ ਤੱਕ ਦਾ ਉਤਰਦਾ ਉਹੀ ਹੈ ਜਿਹੜਾ ਸਤ ਸੰਗਤ ਕਰਦਾ ਹੈ ਔਰ ਸੰਗਤ ਕਿੱਥੇ ਕੀਤੀ ਜਾਏ ਸੰਗਤ ਕਿਸ ਤਰ੍ਹਾਂ ਕੀਤੀ ਜਾਏ ਔਰ ਸੰਗਤ ਕਰਨ ਦਾ ਸਾਡਾ ਢੰਗ ਕੀ ਹੋਣਾ ਚਾਹੀਦਾ ਇਹਦਾ ਸਮਝਣਾ ਬੜਾ ਜ਼ਰੂਰੀ ਹੈ ਪਹਿਲੀ ਗੱਲ ਹੈ ਕਿ ਸੰਗਤ ਕਿੱਥੇ ਕਰਨੀ ਹੈ ਮੁੱਖ ਸਿੱਖ ਦੇ ਵਾਸਤੇ ਸੰਗਤ ਕਰਨ ਦਾ ਸਾਧਨ ਗੁਰੂ ਦੁਆਰਾ ਹੈ ਗੁਰੂ ਨਾਨਕ ਸਾਹਿਬ ਦੇ ਟਾਈਮ ਇਸ ਨੂੰ ਧਰਮਸਾਲ ਕਿਹਾ ਜਾਂਦਾ ਸੀ ਯਾ ਸੰਗਤ ਦੇ ਸੰਗਤ ਸਾਹਿਬ ਦੇ ਤੌਰ ਤੇ ਮਸ਼ਹੂਰ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਸੰਗਤ ਸਾਭੀਆ ਧਰਮ ਸਾਲ ਦਾ ਨਾਮ ਗੁਰਦੁਆਰਾ ਪੈ ਗਿਆ ਹੁਣ ਸੰਗਤ ਕੈਸੀ ਹੋਣੀ ਚਾਹੀਦੀ ਗੁਰਬਾਣੀ 'ਚ ਇਸ ਦਾ ਜ਼ਿਕਰ ਹੈ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਹੈ ਜਿੱਥੇ ਸਿਰਫ ਪ੍ਰਮਾਤਮਾ ਦੇ ਨਾਮ ਦੀ ਪ੍ਰਮਾਤਮਾ ਦੇ ਗੁਣਾਂ ਦੀ ਪ੍ਰਮਾਤਮਾ ਦੇ ਗੁਣ ਧਾਰਨ ਕਰਨ ਦੀ ਗੱਲ ਹੋਵੇ ਇਹ ਤਿੰਨ ਚੈਪਟਰ ਸਮਝਣੇ ਪ੍ਰਮਾਤਮਾ ਦੇ ਨਾਮ ਦੀ ਪ੍ਰਮਾਤਮਾ ਦੇ ਗੁਣਾਂ ਦੀ ਤੇ ਪਰਮਾਤਮਾ ਦੇ ਗੁਣਾਂ ਨੂੰ ਧਾਰਨ ਕਰਨ ਦੀ ਉਹਨਾਂ ਨੂੰ ਅਮਲ ਵਿੱਚ ਲਿਆਉਣ ਦੀ ਗੱਲ ਹੋਵੇ ਉਹ ਸੰਗਤ ਅਸਲ ਵਿੱਚ ਸੰਗਤ ਹੈ ਇਸ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸਾਰੇ ਭੈਣ ਭਰਾ ਇੱਕ ਨਾਲ ਬੈਠ ਕੇ ਆਪਣੇ ਆਪ ਨੂੰ ਇੱਕ ਪਰਮਾਤਮਾ ਦੇ ਧੀਆ ਪੁੱਤਰ ਸਮਝ ਕੇ ਉੱਥੇ ਬੈਠ ਕੇ ਸਤ ਸੰਗ ਕਰਨ ਇਹ ਨਹੀਂ ਕਿ ਉੱਥੇ ਈਰਖਾ ਕਰਨ ਨਫ਼ਰਤ ਕਰਨ ਆਪਣੀ ਵਡਿਆਈ ਆਪਣਾ ਗੁਣਗਵਾਣ ਆਪਣੇ ਆਪ ਨੂੰ ਉੱਚਾ ਸਮਝਣ ਇਸ ਬਾਰੇ ਗੁਰੂ ਨਾਨਕ ਸਾਹਿਬ ਨਵੇਂ ਜਾਮੇ ਚ ਕਹਿੰਦੇ ਨੇ ਸਾਧੋ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਸ ਪਾਗੋ ਕਾਮ ਕ੍ਰੋਧ ਵਾਲੇ ਲੋਬੀਆਂ ਦੇ ਇਹਨਾਂ ਸਤਸੰਗ ਤੋਂ ਦੂਰ ਭਜਣ ਲਈ ਸਤਿਗੁਰੂ ਪਿਤਾ ਸਮਝਾ ਰਹੇ ਨੇ ਔਰ ਉਸ ਸੰਗਤ ਵਿੱਚ ਜਾਣ ਲਈ ਕਹ ਰਹੇ ਨੇ ਜਿੱਥੇ ਮਾਨ ਔਰ અપਮਾਨ ਦੀ ਗੱਲ ਨਾ ਹੋਵੇ ਉੱਥੇ ਮੇਰੀ ਇੱਜ਼ਤ ਨਹੀਂ ਹੋਈ ਫਲਾਣੇ ਦੀ ਇੱਜ਼ਤ ਨਹੀਂ ਹੋਈ ਇਸ ਦੀ ਗੱਲ ਨਾ ਹੋਵੇ ਸਿਰਫ ਤੇ ਸਿਰਫ ਪ੍ਰਮਾਤਮਾ ਦੇ ਗੁਣ ਗਾਣ ਦੀ ਤੇ ਪ੍ਰਮਾਤਮਾ ਦੇ ਸਿਮਰਨ ਦੀ ਗੱਲ ਹੋਵੇ ਹੁਣ ਸਿੱਖ ਲਈ ਸੰਗਤ ਕਿੰਨੀ ਜ਼ਰੂਰੀ ਹੈ ਔਰ ਸੰਗਤ ਕਿਉਂ ਜ਼ਰੂਰੀ ਹੈ ਇਸ ਦੇ ਉੱਪਰ ਗੁਰਬਾਣੀ ਤੇ ਬੜਾ ਖੂਬਸੂਰਤ ਪ੍ਰਮਾਣ ਦਿੰਦਾ ਹੈ ਸੰਗਤ ਇਸ ਕਰਕੇ ਜ਼ਰੂਰੀ ਹੈ ਕਿ ਸਤਿਗੁਰੂ ਕਹਿੰਦੇ ਹਨ ਵਿੱਚ ਸੰਗਤ ਹਰ ਪ੍ਰਭ ਵਰਤ ਦਾ ਉਹ ਜੋ ਸ਼ਬਦ ਵਿਚਾਰ ਸੰਗਤ ਵਿੱਚ ਹੀ ਪ੍ਰਮਾਤਮਾ ਵਸ ਰਿਹਾ ਹੈ ਤੇ ਉੱਥੇ ਸ਼ਬਦ ਵਿਚਾਰ ਦੀ ਗੱਲ ਹੋਵੇ ਸਤਿਗੁਰੂ ਪਿਤਾ ਦੀ ਇਸ ਗੱਲ ਨੂੰ ਖੂਬਸੂਰਤੀ ਦੇ ਨਾਲ ਹੋਰ ਖੁੱਲ ਕੇ ਸਮਝਣਾ ਹੋਵੇ ਕਿ ਸੰਗਤ ਦੀ ਪਰਿਭਾਸ਼ਾ ਵਿੱਚ ਹੋਰ ਕੀ ਖੂਬਸੂਰਤੀ ਹੈ ਤੇ ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਇਸ ਤਰ੍ਹਾਂ ਸਮਝਾਉਂਦੇ ਨੇ ਸਤਿਗੁਰੂ ਸਾਹਿਬ ਛਾੜ ਕੇ ਅਠ 60 ਤੀਰਤ ਨਾਵਣ ਜਾਏ ਬਗਲ ਸਮਾਦ ਲਗਾਏ ਕੇ ਜੋ ਜਲ ਜਨਤਾ ਜੀਆਂ ਕੁਟ ਕੁਟ ਖਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਵਰਗਾ ਗੁਰੂ ਗੁਰਬਾਣੀ ਵਰਗਾ ਗੁਰੂ ਛੱਡ ਕੇ ਹੋਰ ਅਠ ਅਠ ਤੀਰਥਾਂ ਤੇ ਜਾਂ ਹੋਰ ਧਾਰਮਿਕ ਕਾਰਜਾਂ ਵਿੱਚ ਲੱਗ ਕੇ ਇਹ ਤੇ ਇਸੇ ਤਰ੍ਹਾਂ ਹੈ ਜਿਸ ਤਰ੍ਹਾਂ ਬਗਲਾ ਸਰੋਵਰ ਵਿੱਚ ਬੈਠ ਕੇ ਡੱਡੂ ਤੇ ਮੱਛੀਆਂ ਖਾਣ ਦੀ ਇੱਛਾ ਰੱਖਦਾ ਹੈ ਤੇ ਉਹ ਸਰੋਵਰ ਜਿਹੜੇ ਹਨ ਉਹ ਧਾਰਮਿਕ ਸਥਾਨਾਂ ਤੇ ਹੀ ਹੁੰਦੇ ਨੇ ਨਦੀਆਂ ਧਾਰਮਿਕ ਸਥਾਨਾਂ ਤੇ ਹੁੰਦੀਆਂ ਨੇ ਉੱਥੇ ਬਗਲੇ ਵੀ ਵਸਦੇ ਹਨ ਅਸੀਂ ਬਗਲਿਆਂ ਵਾਂਗ ਜੇ ਸੰਗਤ ਇੱਥੇ ਜਾ ਕੇ ਬੈਠੇ ਤੇ ਸਾਡੀ ਪਛਾਣ ਹੰਸਾ ਵਾਲੀ ਨਹੀਂ ਹੋਏਗੀ ਕਿਉਂਕਿ ਗੁਰੂ ਕੀ ਸੰਗਤ ਵਿੱਚ ਹੰਸ ਬਣਨਾ ਹੈ ਅਸੀਂ ਹੰਸ ਬਣਨ ਲਈ ਆਏ ਹਾਂ ਸਾਡੀ ਵਿਰਤੀ ਦੀ ੜੀ ਹੈ ਉਹ ਹੰਸਾਂ ਵਰਗੀ ਹੋਣੀ ਚਾਹੀਦੀ ਮੋਤੀ ਵਰਗ ਦੇ ਸੱਚੇ ਮੋਤੀ ਖਾਣ ਦੀ ਹੋਣੀ ਚਾਹੀਦੀ ਜਿਹੜਾ ਹੈ ਹੰਸ ਦਾ ਭੋਜਨ ਹੈ ਉਸ ਤਰੀਕੇ ਦੀ ਸੋਚ ਹੋਣੀ ਚਾਹੀਦੀ ਗੁਰੂ ਕੀ ਸੰਗਤ ਜਿਹੜੀ ਹੈ ਇਹ অতি ਲਾਜ਼ਮੀ ਹੈ ਹਰ ਸਿੱਖ ਲਈ ਔਰ ਨੇਤਾ ਪ੍ਰਤੀ ਸੰਗਤ ਦੀ ਜ਼ਰੂਰਤ ਹੈ ਹੁਣ ਸਾਨੂੰ ਆਦਤ ਪੈ ਗਈ ਹੈ ਕਿ ਵੀਕਐਂਡ ਤੇ ਜਿਸ ਤਰ੍ਹਾਂ ਦੂਸਰੇ ਧਾਰਮਿਕ ਲੋਕ ਕਰਦੇ ਹਨ ਉਸ ਤਰ੍ਹਾਂ ਅਸੀਂ ਵੀਕਐਂਡ ਤੇ ਸੰਗਤ ਕਰਨ ਜਾਂਦੇ ਹਾਂ ਉਹਦੇ ਕਾਰਨ ਕਿ ਸਾਡੀਆਂ ਲੋੜਾਂ ਵਧ ਗਈਆਂ ਹਨ ਅਸੀਂ ਉਹਨਾਂ ਦੇਸ਼ਾਂ ਵਿੱਚ ਆ ਕੇ ਵੱਸ ਗਏ ਹਾਂ ਜਿੱਥੇ ਪੈਸੇ ਦੀ ਬੜੀ ਲੋੜ ਹੈ ਸਤਿਗੁਰੂ ਪਾਤਸ਼ਾਹ ਇਹ ਨਹੀਂ ਕਹਿੰਦੇ ਕਿ ਪੈਸਾ ਨਹੀਂ ਕਮਾਣਾ ਲੇਕਿਨ ਡੇਲੀ ਰੋਜ਼ ਨੇਤਾ ਪਰਤੀ ਸਤਸੰਗ ਕਰਨਾ ਜ਼ਰੂਰੀ ਹੈ ਜਿੱਥੇ ਨਿਤਨੇਮ ਕਰਨਾ ਜ਼ਰੂਰੀ ਹੈ ਉੱਥੇ ਅੱਧਾ ਘੰਟਾ 1 ਘੰਟਾ ਗੁਰੂ ਕੀ ਬਾਣੀ ਦਾ ਕੀਰਤਨ ਅਤੇ ਕਥਾ ਸੁਣਨੀ ਬੜੀ ਜ਼ਰੂਰੀ ਹੈ ਜਿੱਥੇ ਕੀਰਤਨ ਸੁਣਨਾ ਜ਼ਰੂਰੀ ਹੈ ਉੱਥੇ ਸ਼ਬਦ ਵਿਚਾਰ ਤੇ ਕਥਾ ਸੁਣਨੀ অতি ਜ਼ਰੂਰੀ ਹੈ ਹੁਣ ਸੰਗਤ ਗੁਰੂ ਪਾਤਸ਼ਾਹ ਵੀ ਬਾਰ-ਬਾਰ ਇਹ ਕਹਿੰਦੇ ਨੇ ਕਿ ਸੰਗਤ ਹੀ ਸਾਡੇ ਲਈ ਸਾਡੇ ਜੀਵਨ ਨੂੰ ਸਵਾਰਨ ਦਾ ਸਾਧਨ ਹੈ ਤੇ ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਵੀ ਸਮਝਾਇਆ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜਦ ਤੱਕ ਸਾਨੂੰ ਆਪਣੇ ਅੰਦਰ ਬੈਠਣ ਦੀ ਯਾਤ ਨਹੀਂ ਆਉਂਦੀ ਆਪਣੇ ਅੰਦਰ ਮਨ ਦੇ ਨਾਲ ਗੁਰਬਾਣੀ ਦਾ ਸਤਸੰਗ ਕਰਨ ਦੀ ਅੰਦਰ ਦਾ ਸਤਸੰਗ ਤੇ ਬਾਹਰ ਦਾ ਸਤਸੰਗ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦਾ ਸਤਸੰਗ ਬਾਹਰ ਦਾ ਸਤਸੰਗ ਹੈ ਅੰਦਰ ਦਾ ਸਤਸੰਗ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਜੀਣ ਵਾਸਤੇ ਮਨ ਨੂੰ ਤਿਆਰ ਕਰਨਾ ਸਤਸੰਗ ਦੀ ਪਰਿਭਾਸ਼ਾ ਜਦ ਤੱਕ ਅਸੀਂ ਨਹੀਂ ਸਮਝਦੇ ਤਦ ਤੱਕ ਸਤਸੰਗ ਕੀਤੇ ਬਿਨਾ ਸਾਡਾ ਜੀਵਨ ਨਹੀਂ ਸੁਧਰਦਾ ਔਰ ਜੀਵਨ ਸੁਧਾਰਨ ਦਾ ਸਹੀ ਤਰੀਕਾ ਸਤਸੰਗ ਵਿੱਚ ਪ੍ਰਾਪਤ ਹੁੰਦਾ ਹੈ ਕਿਉਂਕਿ ਅਸੀਂ ਇੱਕ ਦੂਸਰੇ ਨੂੰ ਦੇਖਦੇ ਹਾਂ ਉਹਨਾਂ ਨਾਲ ਵਿਚਾਰਾਂ ਦੀ ਸਾਂਝ ਕਰਦੇ ਹਾਂ ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਨੁਸਾਰ ਕਥਾ ਕੀਰਤਨ ਰਾਹੀਂ ਜਾਂ ਸ਼ਬਦ ਵਿਚਾਰ ਰਾਹੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਦੂਸਰੇ ਨਾਲ ਡਿਸਕਸ਼ਨ ਵੀ ਕਰਦੇ ਹਾਂ ਹਾਲਾਂਕਿ ਸਵਾਲ ਜਵਾਬ ਜਿਹੜੇ ਸਨ ਇਹ ਗੁਰੂਕਾਲ ਦੇ ਟਾਈਮ ਸਾਡੇ ਅੰਦਰ ਕਾਫੀ ਪਰਚਲਤ ਸਨ ਜਿਹੜੇ ਕੀ ਆਮ ਕਰਕੇ ਬੰਦ ਕਰ ਦਿੱਤੇ ਗਏ ਪਹਿਲਾਂ ਗੁਰੂ ਕਾਲੀ ਸਵਾਲ ਵੀ ਹੁੰਦੇ ਸਨ ਉਹਨਾਂ ਦੇ ਗੁਰੂ ਸਾਹਿਬਾਨ ਜਾਂ ਵਿਦਵਾਨ ਸੱਜਣ ਜਾਂ ਉਸ ਟਾਈਮ ਦੇ ਜਿਹੜੇ ਪ੍ਰਚਾਰਕ ਸਨ ਉਹ ਦਿੰਦੇ ਸਨ ਜਿਹੜੇ ਕਿ ਅੱਜ ਸਿਰਫ ਸੁਣਾਉਣ ਦੀ ਆਦਤ ਹੈ ਸੁਣਨ ਦੀ ਆਦਤ ਨਹੀਂ ਹੈ ਪ੍ਰਚਾਰਕ ਨੂੰ ਵੀ ਸੁਣਨ ਦੀ ਆਦਤ ਪਾਣੀ ਪਏਗੀ ਤੇ ਪ੍ਰਬੰਧਕਾਂ ਨੂੰ ਵੀ ਸੁਣਨ ਦੀ ਆਦਤ ਪਾਣੀ ਪਏਗੀ ਤੇ ਸੰਗਤ ਨੂੰ ਵੀ ਸੁਣ ਕੇ ਤੇ ਉਸ ਤੇ ਰਿਐਕਟ ਕਰਨ ਦੀ ਵਿਚਾਰ ਦੇਣ ਦੀ ਆਦਤ ਪਾਣੀ ਪਏਗੀ ਸਤਸੰਗ ਦਾ ਮੂਲ ਮਕਸਦ ਇਹੀ ਹੈ ਤੇ ਸਤਸੰਗ ਤੋਂ ਬਿਨਾ ਨਹੀਂ ਸੁਧਰਿਆ ਜਾ ਸਕਦਾ ਤੇ ਗੁਰਮੁਖ ਬੈਠੋ ਸਫਾ ਵਿਛਾਈ ਇਸ ਗੱਲ ਨੂੰ ਤਦ ਹੀ ਅਸੀਂ ਸਮਝ ਪਾਵਾਂਗੇ ਤੇ ਇੱਕ ਦੂਸਰੇ ਨੂੰ ਸੁਧਨ ਤੇ ਸੁਧਾਰਨ ਦਾ ਸਤਸੰਗ ਤੋਂ ਮੌਕਾ ਦੇ ਸਕਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ